ਨਿਤਦਿਨ ਭੱਜ ਤੋੜ ਵਾਲੀ ਜ਼ਿੰਦਗੀ ਅਤੇ ਜ਼ਿੰਦਗੀ ਦੇ ਵਿੱਚ ਸਕੂਨ ਅਤੇ ਖੁਸ਼ੀ ਕੁਛ ਪਲਾਂ ਦੇ ਲਈ ਜਦੋਂ ਵੇਖਣ ਨੂੰ ਮਿਲਦੀ ਹੈ ਜਾਂ ਮਹਿਸੂਸ ਹੁੰਦੀ ਹੈ ਅਤੇ ਫਿਰ ਉਹ ਹਮੇਸ਼ਾ ਯਾਦ ਰਹਿ ਜਾਂਦੀ ਹੈ। ਅਤੇ ਕੁਝ ਪਲ ਦੇਣ ਵਾਲੀ ਇਹ ਸਰਕਸ ਜੋ ਕਲਾ ਕਾਫੀ ਪੁਰਾਣੀ ਹੈ ਪਰ ਹੌਲੀ ਹੌਲੀ ਉਸ ਨੂੰ ਵੇਖਣਾ ਔਖਾ ਹੁੰਦਾ ਜਾ ਰਿਹਾ, ਪਰ ਪਿਛਲੇ ਇੱਕ ਦਸ਼ਕ ਤੋਂ ਨਿਆਣਿਆਂ ਸਿਆਣਿਆਂ ਅਤੇ ਨੌਜਵਾਨਾਂ ਲਈ ਇਹ ਮਨੋਰੰਜਨ ਵਾਲੀ ਕਲਾ ਜਿਸਨੂੰ ਸਰਕਸ ਕਿਹਾ ਜਾਂਦਾ ਹੈ ਉਹ ਆਪਣਾ ਅਸਤਿਤਵ ਵੀ ਖੋਂਦੀ ਜਾ ਰਹੀ ਹੈ। ਸਰਕਸ ਪ੍ਰਬੰਧਨ ਅਤੇ ਇਸ ਦੇ ਕਲਾਕਾਰਾਂ ਦਾ ਸਰਵਾਈਵ ਕਰਨਾ ਵੀ ਔਖਾ ਹੋਇਆ ਪਿਆ ਅਤੇ ਹੌਲੀ ਹੌਲੀ ਇਹ ਵਿਲੁਪਤੀ ਹੁੰਦੀ ਜਾ ਰਹੀ ਹੈ। ਹਾਲਾਂਕਿ ਲੋਕ ਅੱਜ ਵੀ ਇਸ ਨੂੰ ਵੇਖਣਾ ਚਾਹੁੰਦੇ ਹਨ ਪਰ ਜਾਨਵਰਾਂ ਦੇ ਅਹਿਵਾਵ ਕਰਕੇ ਸਰਕਸ ਦਾ ਮਨੋਰੰਜਨ ਗਾਇਬ ਹੋ ਰਿਹਾ। ਕਲਾਕਾਰਾਂ ਵੱਲੋਂ ਆਪਣੀ ਪਰਫੋਰਮੈਂਸ ਦੇ ਜ਼ਰੀਏ ਲੋਕਾਂ ਨੂੰ ਇਸ ਦੇ ਵਿੱਚ ਖੂਬ ਮਨੋਰੰਜਨ ਦੇਣ ਦੀ ਅਤੇ ਹਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਦਰਸ਼ਕ ਵੀ ਇਸ ਨੂੰ ਵੇਖ ਕੇ ਖੂਬ ਮਜ਼ੇ ਲੈਂਦੇ ਹਨ। ਪਰ ਇਸ ਸਭ ਦੇ ਬਾਵਜੂਦ ਵੀ ਜਾਨਵਰਾਂ ਤੋਂ ਬਿਨਾਂ ਸਰਕਸ ਨੂੰ ਵੇਖਣਾ ਅਧੂਰਾ ਅਤੇ ਮੰਨਿਆ ਵੀ ਜਾਂਦਾ ਹੈ ਕਿਉਂਕਿ ਇਹ ਹੌਲੀ ਹੌਲੀ ਵੇਖਣਾ ਔਖੀ ਹੁੰਦੀ ਜਾ ਰਹੀ ਹੈ। ਅਤੇ ਉੱਥੇ ਇਸ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ 34 ਦੇ ਗਰਾਊਂਡ ਦੇ ਵਿੱਚ 17 ਮਾਰਚ ਤੋਂ ਚੱਲ ਰਹੀ ACR ਸਰਕਸ ਦੇ ਪ੍ਰਬੰਧਨ ਅਤੇ ਕਲਾਕਾਰਾਂ ਸਣੇ ਜੁੜੇ ਸਟਾਫ ਦੇ ਇਸ ਅਭਿਆਨ ਸੇਵ ਸਰਕਸ ਅਤੇ ਸੇਵ ਸਰਕਸ ਆਰਟਿਸਟ ਦੀ ਸ਼ੁਰੂਆਤ ਹੋਈ ਹੈ, ਜਿਨ੍ਹਾਂ ਦਾ ਕਹਿਣਾ ਹੈ ਕਿ ਕਿਸੇ ਵੇਲੇ ਦੇਸ਼ ਭਰ ਦੇ ਵਿੱਚ ਉਹਨਾਂ ਦੀਆਂ ਲਗਭਗ 100 ਸਰਕਸਾਂ ਚੱਲਦੀਆਂ ਸੀ ਪਰ ਹੁਣ ਉਹ ਲਗਾਤਾਰ ਘਟਦੀਆਂ ਜਾ ਰਹੀਆਂ ਹਨ ਅਤੇ ਉਹ ਘਟ ਕੇ ਉਹਨਾਂ ਕੋਲੋਂ ਸਿਰਫ 5 ਰਹਿ ਗਈਆਂ ਹਨ। ਬਚਪਨ ਸੇ ਹਮ ਸਰਕਸ ਮੇ ਹੈ, ਪਹਿਲਾਂ ਜਾਨਵਰ ਵਗੈਰਾ ਥੇ ਤੋ ਅੱਛਾ ਚਲਤਾ ਥਾ, ਸ਼ੇਰ ਥੇ, ਹਾਥੀ ਥੇ, ਘੋੜਾ, ਤੋਤਾ, ਹਰੇਕ ਚੀਜ਼ ਥਾ ਤੋ ਜਾਨਵਰ ਤੋ ਪਬਲਿਕ ਵੀ ਇੰਟਰਸਟ ਲੇਤੀ ਥੀ। ਲੇਕਿਨ ਅਭੀ ਜਾਨਵਰ ਨਹੀਂ ਹੈ, ਲੋਕਡਾਊਨ ਹੋ ਗਿਆ ਤੋ ਪਬਲਿਕ ਕਾ ਇੰਟਰਸਟ ਵੀ ਖਤਮ ਹੋ ਗਿਆ। ਪਬਲਿਕ ਆਨੇ ਸੇ ਪਹਿਲੇ ਐਂਟਰੀ ਕਰਨੇ ਸੇ ਪਹਿਲੇ ਪੁੱਛਤੀ ਹੈ ਕਿ ਜਾਨਵਰ ਹੈ ਆਪ ਲੋਕ ਕਾ ਸਰਕਸ ਮੇ, ਤੋ ਹਮ ਲੋਕ ਬੋਲਤੇ ਨਹੀਂ ਹੈ, ਪਹਿਲਾਂ ਤੋ ਤੋਤਾ ਕੁੱਤਾ ਥਾ ਉਹ ਵੀ ਬੰਦ ਕਰ ਦਿਆ ਸਰਕਾਰ ਨੇ। ਮੈਂ ਇੱਕ ਬੇਨਤੀ ਕਰਨਾ ਚਾਹਤਾ ਹੂੰ ਸਰਕਸ ਕੇ ਲੀਏ, ਆਪਣੇ ਦੋ ਹਿੰਦੁਸਤਾਨ ਕੇ ਕਿਆ ਵਰਲਡ ਕੇ हमारे दो स्टार हैं, एक तो है हमारे होम मिनिस्टर अमित शाह जी और दूसरे हैं हमारे सुपरस्टार जो है मोदी जी। मैं उनसे ये निवेदन करना चाहता हूँ कि सर्कस के लिए इनकी जो फैमिली जुड़ी हुई हैं इनके पास कोई और काम नहीं है, और आपसे मैं निवेदन करना चाहता हूँ सर्कस में जो जानवर हैं इनको थोड़ी सी इजाज़त देने की कृपा करें। और मेरे को ये पूरा विश्वास है हमारे सर्कस वाले कलाकार जो गरीब कलाकार हैं जो अपनी मौत की बाजी खेल कर लोगों को कर्तव्य दिखाते हैं वो भी उम्मीद आपसे बहुत रखी बैठे हैं कि ये अगर आप तक मैसेज पहुंचेगा तो शायद इसके ऊपर आप की कृपा हो जाए और उनकी सारी ज़िंदगी का ये रोज़गार बरकरार रह सके। सरकार से तो हम वही कर रहे हैं ना ये कि हमें चलो जंगली जानवर मत दें, जैसे भालू होते थे पहले, शेर, टाइगर, चीता, चलो वो कहते हैं जंगली जानवर है। ये हाथी तोते और ये घोड़े वगैरह ये तो कोई वो नहीं है। घोड़े वगैरह तो जैसे हम भी माल ढो रहे हैं, हाथी भी हैं असम के अंदर है, जैसे वहाँ उनसे काम लिया जाता है जंगलों के अंदर, वो लकड़ी का काम ढोते हैं, तो हम तो उनको बड़े प्यार से रखते हैं। तो हम यही चाहते हैं सरकार से कि कुछ हमें हाथी, घोड़े, तोते, कुत्ते भी वापस कर दें। ਤੁਸੀਂ ਆਪ ਵੇਖ ਸਕਦੇ ਹੋ ਕਿ ਇਹਨਾਂ ਸਰਕਸ ਦੇ ਵਿੱਚ ਕੰਮ ਕਰਨ ਵਾਲੇ ਆਰਟਿਸਟ ਦਾ ਕੀ ਕਹਿਣਾ, ਪਰ ਵੇਖਣਾ ਹੋਵੇਗਾ ਕਿ ਲਗਾਤਾਰ ਵਿਲੁਪਤ ਹੁੰਦੀ ਜਾ ਰਹੀ ਇਸ ਇਤਿਹਾਸਿਕ ਵਿਰਾਸਤ ਜੋ ਲੋਕਾਂ ਦੇ ਮਨੋਰੰਜਨ ਦਾ ਸਾਧਨ ਵੀ ਹੈ, ਇਸ ਦੇ ਪੱਖ ਦੇ ਵਿੱਚ ਸੰਬੰਧਿਤ ਸੂਬਿਆਂ ਦੀ ਸਰਕਾਰ ਤੇ ਪ੍ਰਸ਼ਾਸਨ ਕੀ ਕਦਮ ਚੱਕਦਾ ਹੈ ਤਾਂ ਕਿ ਇਸ ਨੂੰ ਬਚਾਇਆ ਜਾ ਸਕੇ। ਜਗਬਾਣੀ ਟੀਵੀ ਲਈ ਚੰਡੀਗੜ੍ਹ ਤੋਂ ਕੁਲਦੀਪ ਕੁਮਾਰ ਦੀ ਰਿਪੋਰਟ।